ਤਾਲੁਕਾ ਜੀ ਉਹ ਅੱਛੇ ਸਨ ਮੇਰਾ ਮਤਲਬ ਇਹ ਘਰ ਮੁਸਲਮਾਨਾਂ ਦਾ ਸਿੱਖਾਂ ਨਾਲ ਲੈਣ ਦੇਣ ਹੈਗੇ ਸਨ ਕਾਰੋਬਾਰ ਕਰਨਾ ਇਕੱਠਾ ਕਰ ਲੈਣਾ ਉਹਦੇ ਵਿਆਹ ਸ਼ਾਦੀ ਦੇ ਇੱਕ ਦਿਨ 700 ਲੱਗੇ ਬਾਹਰ ਨਿਕਲ ਕੇ ਉੱਥੋਂ ਮਕਈ ਦੇ ਗੁੰਨੀਆਂ ਪਾ ਲਈਆਂ ਉਹਦੇ ਮਕਈ ਪੱਕੀ ਸੀ ਮੌਸਮ ਦੇ ਗੰਨੇ ਪਾ ਲਿਆ ਦੇ ਉਹ ਚੂਪ ਲੈ ਕੇ ਆਟਾ ਸੇਰ ਖੁਦਾ ਵਾਸਤੇ ਦਿੱਤਾ ਉਹ ਖਾ ਲਿਆ ਉੱਥੇ ਮੇਰਾ ਬਹੁਤ ਇੱਕ ਸੂਬੇਦਾਰ ਸੀ ਉਸ ਜ਼ਮਾਨੇ ਦਾ ਹਾਂ ਮੁਸਲਮਾਨ ਸੀ ਠੀਕ ਹੈ ਉਹਨੇ ਕਿੰਨਾ ਚਿਰ ਗੋਲੀ ਚਲਾਈ ਰੱਖੀ ਅਤੇ ਅਖੀਰ ਤੋਂ ਉਹਨੂੰ ਗੋਲੀ ਲੱਗ ਗਈ ਅੱਛਾ ਉਹ ਮਰ ਗਿਆ ਫਿਰ ਭਾਜ ਪੈ ਗਏ ਭਾਜ ਪਿਆ ਫਿਰ ਕੁਝ ਉਹਨਾਂ ਦੀਆਂ ਖੂਹਾਂ ਛਾਲਾ ਮਾਰ ਕੇ ਮਰ ਗਈ ਅਤੇ ਕੁਝ ਨਿਕਲਿਆ ਔਰ ਫਿਰ ਵਕਤ ਐਸਾ ਵੀ ਜਿਹੜੇ ਰਲ ਕੇ ਬੈਠੇ ਸਨ ਮਤਲਬ ਲੈਣਾ ਦੇਣਾ ਹਿੰਦੂ ਮੁਸਲਮਾਨ ਉਹ ਲੋਕ ਦੁਸ਼ਮਣ ਬਣ ਗਏ ਇੱਕ ਹੋਰ ਬਜ਼ੁਰਗ ਸਾਡੇ ਨਾਲ ਨੇ ਜੀ ਜਿਨ੍ਹਾਂ ਨੇ ਹਿਜਰਤ ਨੂੰ ਆਪਣੀ ਅੱਖਾਂ ਦੇ ਨਾਲ ਦੇਖਿਆ ਆਪਣੇ ਜੁੱਸੇ ਆਪਣੀ ਰੂਹ 'ਤੇ ਹੰਡਾਇਆ ਆਓ ਇਹਨਾਂ ਕੋਲ ਕਹਾਣੀ ਅਸੀਂ ਇਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਇਹਨਾਂ ਦੇ ਲਫਜ਼ਾਂ ਦੇ ਵਿੱਚ ਸੁਣਦੇ ਹਾਂ ਕਿ ਕੀ ਕੁਝ ਇਹਨਾਂ ਨੇ ਵੇਖਿਆ ਔਰ ਕੀ ਕੁਝ ਹੰਡਾਇਆ ਉਸ ਵੇਲੇ ਇਹਨਾਂ ਦਾ ਤਾਲੁਕ ਉਸ ਵੇਲੇ ਦੇ ਜ਼ਿਲ੍ਹਾ ਜਲੰਧਰ ਤੋਂ ਅਤੇ ਸ਼ਾਇਦ ਅੱਜ ਕੱਲ੍ਹ ਇਹਨਾਂ ਦਾ ਪਿੰਡ ਨਵਾਂਸ਼ਹਿਰ ਦੇ ਵਿੱਚ ਆਉਂਦਾ ਹੋਵੇ ਬਾਕੀ ਸਾਡੇ ਜਿਹੜੇ ਸੁਣਨ ਵਾਲੇ ਨੇ ਉਹ ਬਿਹਤਰ ਜਾਣ ਸਕਦੇ ਨੇ ਕਿ ਇਹ ਪਿੰਡ ਅੱਜ ਕੱਲ੍ਹ ਕਿੱਥੇ ਹੈ ਜਿਹੜੇ ਬਾਬਾ ਜੀ ਦੱਸਣਗੇ ਸਾਨੂੰ ਬਾਬਾ ਜੀ ਤੁਹਾਡਾ ਨਾਂ ਕੀ ਹੈ ਗੁਲਾਮ ਚਿਸ਼ਤੀ ਜੀ ਸੀ ਔਰ ਤੁਹਾਡੇ ਕਾਲਜ ਸਾਹਿਬ ਦਾ ਰੁੜੀਏ ਖਾਮ ਅੱਛਾ ਦਾਦਾ ਜੀ ਦਾ ਕੀ ਨਾਂ ਸੀ ਦਾਦਾ ਜੀ ਬੰਨੇ ਖਾਮ ਬੰਨੇ ਖਾਂ ਕਿਹੜੀ ਬਰਾਦਰੀ ਆਪਣੀ ਰਾਜਪੂਤ ਬਰਾਦਰੀ ਇਹ ਖਾਂ ਜਿਹੜੇ ਨੇ ਜ਼ਿਆਦਾਤਰ ਰਾਜਪੂਤ ਲਿਖਦੇ ਨੇ ਹਾਂਜੀ ਠੀਕ ਹੈ ਪਿਛਲੇ ਜ਼ਿਆਦਾ ਲਿਖਦੇ ਹੁਣ ਠੀਕ ਹੈ ਠੀਕ ਹੈ ਅੱਛਾ ਬਾਬਾ ਜੀ ਇਹ ਦੱਸੋ ਤੁਹਾਡਾ ਪਿਛਲਾ ਪਿੰਡ ਕਿਹੜਾ ਸੀ ਪਰਾਗਪੁਰ ਜੀ ਪਰਾਗਪੁਰ ਹਾਂਜੀ ਬਾਬਾ ਜੀ ਕੁਛ ਯਾਦ ਪੈਂਦਾ ਕਿ ਇਸ ਪਰਾਗਪੁਰ ਦੇ ਆਲ ਦੁਆਲੇ ਦੇ ਪਿੰਡ ਕਿਹੜੇ ਕਿਹੜੇ ਸੀ ਆਲ ਦੁਆਲੇ ਪਿੰਡ ਜੀ ਝਿੰਗੜ ਸੀ ਰੜਵਾ ਸੀ ਵੱਜੋਂ ਸੀ ਠੀਕ ਹੈ ਤਿੰਨ ਚਾਰ ਪਿੰਡ ਦਾ ਯਾਦ ਹੈ ਠੀਕ ਹੈ ਲਾਗੇ ਤੁਹਾਡੇ ਸ਼ਹਿਰ ਕਿਹੜਾ ਪੈਂਦਾ ਸੀ ਸ਼ਹਿਰ ਸਾਨੂੰ ਵੱਡਾ ਸ਼ਹਿਰ ਦਾ ਨਵਾਂ ਸ਼ਹਿਰ ਸੀ ਅੱਛਾ ਜੀ ਜਾਂ ਮੰਡੀ ਵੱਜਦੀ ਮਕੰਦਪੁਰ ਮਕੰਦਪੁਰ ਵਾਲੀ ਮੰਡੀ ਹਾਂਜੀ ਠੀਕ ਹੈ ਉਸ ਸੌਦਾ ਸੌਦਾ ਲਾਇਆ ਸੀ ਅੱਛਾ 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 ਇਹ ਮਕੰਦਪੁਰ ਤੁਹਾਡੇ ਤੋਂ ਕਿੰਨੀ ਕੁ ਦੂਰ ਸੀ ਮੇਰਾ ਖਿਆਲ ਹੈ ਅੰਦਾਜ਼ਾ 6-7 ਮੀਲ ਹੋਵੇਗਾ ਲੋਕ ਪੈਦਲ ਆਉਂਦੇ ਜਾਂਦੇ ਸੀ ਪੈਦਲ ਆਉਂਦੇ ਜਾਂਦੇ ਸਵੇਰੇ ਜਿਹੜੇ ਜਾਂਦੇ ਸੀ ਉਸ ਸ਼ਹਿਰ ਵਿੱਚ ਸੌਦਾ ਸਲਫ ਲੈਣ ਸੌਦਾ ਪੱਤਾ ਲੈਣ ਉਹ ਮਕੰਦਪੁਰ ਹੀ ਜਾਂਦੇ ਸੀ ਹਾਂਜੀ ਮਕੰਦਪੁਰ ਜ਼ਿਆਦਾ ਜਾਂਦੇ ਸਨ ਅੱਛਾ ਅੱਛਾ ਤੁਸੀਂ ਵੀ ਕਦੇ ਗਏ ਮਕੰਦਪੁਰ ਮੈਂ ਛੋਟਾ ਜਿਹਾ ਹੁੰਦਾ ਬਾਲਦਾ ਜਾਂਦਾ ਹੁੰਦਾ ਜਾਂਦੇ ਸੀ ਸੌਦਾ ਸੌਦਾ ਲੈਣ ਜਾਂਦੇ ਸਨ ਤੁਹਾਡਾ ਪਿੰਡ ਜਿਹੜਾ ਤੁਸੀਂ ਸਾਨੂੰ ਦੱਸਿਆ ਜੀ ਇਹਦੇ ਵਿੱਚ ਸਕੂਲ ਵਗੈਰਾ ਹੈ ਸੀ ਕੋਈ ਸਕੂਲ ਹੈ ਸੀ ਛੋਟਾ ਜਿਹਾ ਸਕੂਲ ਸੀ ਛੋਟਾ ਸਕੂਲ ਸੀ ਚੌਂ ਜਮਾਤਾਂ ਦਾ ਹਾਂਜੀ ਬਸ ਇੰਨਾ ਕੁ ਟਾਲੀਆਂ ਟੂਲੀਆਂ ਹੁੰਦੀਆਂ ਸਨ ਜੀ ਥੱਲੇ ਬੱਚੇ ਪੈ ਕੇ ਪੜ੍ਹ ਪੜ੍ਹ ਲੈਂਦੇ ਸਨ ਵੱਡਾ ਨਹੀਂ ਸੀ ਠੀਕ ਹੈ ਅੱਛਾ ਬਾਬਾ ਜੀ ਇਹ ਦੱਸੋ ਸਾਨੂੰ ਕਿ ਜਿਹੜਾ ਤੁਹਾਡਾ ਪਿੰਡ ਸੀ ਜੀ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਬੈਠੀਆਂ ਸੀ ਬਰਾਦਰੀਆਂ ਜੀ ਜ਼ਿਆਦਾਤਰ ਰਾਜਪੂਤ ਸਨ ਕੁਛ ਚੰਦ ਘਰ ਫਕੀਰਾਂ ਦੇ ਹੈਗੇ ਸਨ ਅੱਛਾ ਜੀ ਬਾਕੀ ਇੱਕ 8-10 ਘਰ ਚਮਿਆਰਾਂ ਚਮਿਆਰ ਹੁੰਦੇ ਸਨ ਹਾਂਜੀ ਹਾਂਜੀ ਆ ਜਿਹੜੇ ਲੋਕ ਜੁੱਤੀਆਂ ਬਣਾਉਂਦੇ ਸਨ ਅੱਛਾ ਉਹ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸੀ ਠੀਕ ਉਹ ਚਮਿਆਰ ਸਨ ਅੱਛਾ ਜੀ ਬਾਕੀ ਕੁਝ ਆ ਜਿਹਨਾਂ ਨੂੰ ਦੇਣਦਾਰ ਸੈਂਸੀ ਸਾਧੇ ਨੇ ਅੱਛਾ ਅੱਛਾ ਇਹਨਾਂ ਦੇ ਘਰ ਆਉਂਦੇ ਤਾਂ ਬਾਹਰਲੇ ਪਾਸੇ ਨਾਲ ਅੱਛਾ ਜੀ ਹਾਂਜੀ ਰਾਜਪੂਤ ਮੇਨ ਉੱਥੋਂ ਦੀ ਬਰਾਦਰੀ ਰਾਜਪੂਤ ਸੀ ਜੀ ਠੀਕ ਹੈ ਰਾਜਪੂਤ ਬਰਾਦਰੀ ਉੱਥੇ ਬੈਠੀ ਸੀ ਬਾਬਾ ਜੀ ਇਹ ਦੱਸੋ ਵੀ ਉਹਨਾਂ ਵਿੱਚੋਂ ਸਿਰ ਕੱਢਵੇਂ ਬੰਦੇ ਕਿਹੜੇ ਸੀ ਵੱਡੇ ਜਿਹਨੂੰ ਮਸ਼ਹੂਰ ਦੁਨੀਆ ਜਾਣਦੀ ਸੀ ਸਿਰ ਕੱਢਵੇਂ ਜੀ ਉਸ ਜ਼ਮਾਨੇ ਦੇ ਸਾਨੂੰ ਥਾਣਾ ਲੱਗਦਾ ਸੀ ਰਹੋ ਅੱਛਾ ਉੱਥੋਂ ਦਾ ਇੱਕ ਅਬਦਰ ਮਾਨ ਸੀ ਠੀਕ ਹੈ ਉਹ ਵੱਡਾ ਬੰਦਾ ਸੀ ਬਰਾਦਰੀ ਦਾ ਅੱਛਾ ਵੋਟਾਂ ਦੇ ਖਲੋਂਦਾ ਸੀ ਅੱਛਾ ਜੀ ਅਤੇ ਹੈਗਾ ਕਾਂਗਰਸ ਨਾਲ ਸੀ ਕਾਂਗਰਸ ਪਾਰਟੀ ਦਾ ਸੀ ਕਾਂਗਰਸ ਪਾਰਟੀ ਦਾ ਠੀਕ ਹੈ ਉਹ ਵੱਡੇ ਸਾਡਾ ਕੋਈ ਮਾਲਕ ਸੀ ਇਹਦਾ ਆ ਕੇ ਪਤਾ ਨਹੀਂ ਕਿੱਧਰ ਚਲਾ ਗਿਆ ਅੱਛਾ ਅੱਛਾ ਉਹਦਾ ਬਾਅਦ 'ਚ ਨਹੀਂ ਪਤਾ ਲੱਗਿਆ ਪਾਕਿਸਤਾਨ ਬਾਅਦ ਤੋਂ ਬਾਅਦ ਕਿੱਧਰ ਗਿਆ ਨਹੀਂ ਠੀਕ ਉਹਨਾਂ ਰਕਬਾ ਵੀ ਆਪਣਾ ਪੂਰਾ ਨਹੀਂ ਮਿਲਿਆ ਇੱਧਰ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਗਿਆ ਠੀਕ ਹੈ ਬਾਬਾ ਜੀ ਆਲ ਦੁਆਲੇ ਤੁਹਾਡੇ ਜਿਹੜੇ ਪਿੰਡ ਸਨ ਇਹਨਾਂ 'ਚੋਂ ਕੁਛ ਸਿੱਖਾਂ ਦਾ ਪਿੰਡ ਵੀ ਹੈ ਸੀ ਹਾਂ ਇਹ ਸਿੱਖਾਂ ਦਾ ਪਿੰਡ ਲੜਵਾ ਸੀ ਲੜਵਾ ਅੱਛਾ ਸਾਰਾ ਸਿੱਖਾਂ ਦਾ ਸੀ ਹਾਂ ਹੇੜੀਆਂ ਹੈਗੀਆਂ ਸਨ ਉਹ ਵੀ ਸਿੱਖਾਂ ਦੀਆਂ ਸਨ ਅੱਛਾ 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 ਇਹ 2-4 ਪਿੰਡ ਸਿੱਖਾਂ ਦੇ ਸੀ ਠੀਕ ਹੈ ਇਹਨਾਂ ਨਾਲ ਮੁਸਲਮਾਨਾਂ ਦੇ ਤਾਲੁਕਾਤ ਕਿਸ ਤਰ੍ਹਾਂ ਦੇ ਸੀ ਤਾਲੁਕਾਤ ਜੀ ਉਹ ਅੱਛੇ ਸਨ ਮੇਰਾ ਮਤਲਬ ਇਹ ਘਰ ਮੁਸਲਮਾਨਾਂ ਦਾ ਸਿੱਖਾਂ ਦਾ ਨਾਲ ਲੈਣ ਦੇਣ ਹੈਗੇ ਸਨ ਕਾਰੋਬਾਰ ਕਰਨਾ ਇਕੱਠਾ ਕਰ ਲੈਣਾ ਵਿਆਹ ਸ਼ਾਦੀ ਤੇ ਇੱਕ ਦਿਨ 700 ਲੈਂਦੇ ਵਿਆਹ ਸ਼ਾਦੀ ਤੇ ਜਦੋਂ ਸੱਦੇ ਸੀ ਤੇ ਇਕੱਠੇ ਖਾ ਖੂ ਲੈਂਦੇ ਸੀ ਜਾਂ ਸੁੱਕਾ ਰਾਸ਼ਨ ਦਿੰਦੇ ਇਕੱਠੇ ਆਮ ਨਹੀਂ ਖਾਂਦੇ ਸੁੱਕਾ ਹੀ ਦਿੰਦੇ ਸਨ ਇਹ 'ਚ ਕੋਈ ਚੰਦ ਮੁੰਡੇ ਮੁੰਡੇ ਹੁੰਦੇ ਸਨ ਜਿਹੜੇ ਇੱਕ ਦੂਜੇ ਨਾਲ
ਵੇਲੇ ਸੱਜਣ ਹੁੰਦੇ ਸੀ ਹਾਂ ਉਹ ਕਿਤੇ ਲੁਕ ਛੁਪ ਕੇ ਖਾ ਵੀ ਲੈਂਦੇ ਲੁਕ ਛੁਪ ਕੇ ਖਾਂਦੇ ਅੱਛਾ ਅੱਛਾ ਯਾਨੀ ਲੁਕ ਛੁਪ ਕੇ ਖਾ ਵੀ ਲੈਂਦੇ ਸੀ ਹਾਂ ਵੈਸੇ ਸੁੱਕਾ ਰਾਸ਼ਨ ਦੇ ਕੇ ਗੱਲ ਆਪਣਾ ਮਤਲਬ ਆਪਣਾ ਪੱਕਾ ਉਹ ਖਾ ਲੈਂਦੇ ਸਨ ਆਪਾਂ ਨਹੀਂ ਉਹਨਾਂ ਦਾ ਪੱਕਾ ਖਾਂਦੇ ਸਨ ਠੀਕ ਹੈ ਉਹ ਜਿਹੜੀ ਆਪਣੀ ਨਾਈ ਦੇਖ ਦੋ ਪਕਾਉਂਦਾ ਸੀ ਵਕਤ ਸਰ ਉਹ ਖਾ ਲੈਂਦੇ ਸਨ ਠੀਕ ਹੈ ਠੀਕ ਹੈ ਬਾਬਾ ਜੀ ਜਿਹੜਾ ਉਸ ਇਲਾਕੇ ਦੇ ਵਿੱਚ ਮੁਸਲਮਾਨ ਬੈਠੇ ਸੀ ਉਹਨਾਂ 'ਚੋਂ ਤੁਸੀਂ ਨਾਂ ਸਾਨੂੰ ਦੱਸਿਆ ਇੱਕ ਬੰਦੇ ਦਾ ਜਿਹੜਾ ਸਿਰ ਕਢਵਾ ਸੀ ਤੁਹਾਡੇ ਪਿੰਡ 'ਚੋਂ ਜਿਹੜੇ ਮਸ਼ਹੂਰ ਬੰਦੇ ਸੀ ਉਹਨਾਂ ਦੇ ਕੋਈ ਨਾਂ ਯਾਦ ਸਾਡਾ ਪਿੰਡ ਜੀ ਇੱਦਾਂ ਵੱਡੇ ਬੰਦੇ ਨਹੀਂ ਹੈਗੇ ਸਨ ਛੋਟੇ ਸਨ ਮੈਦ ਲਈ ਨੰਬਰਦਾਰ ਹੁੰਦਾ ਸੀ ਅੱਛਾ ਨੰਬਰਦਾਰ ਹਾਂਜੀ ਮੈਦ ਲਈ ਉਦੋਂ ਨੰਬਰਦਾਰੀ ਹੁੰਦੀਆਂ ਸਨ ਬਸ ਉਹ ਕਾਫੀ ਬੰਦਾ ਸੀ ਇੱਕੋ ਨੰਬਰਦਾਰ ਸੀ ਪਿੰਡ ਦਾ ਇੱਕੋ ਸੀ ਅਤੇ ਇੱਡਾ ਵੱਡਾ ਬੰਦਾ ਨਹੀਂ ਸੀ ਹੁਣ ਕੁਝ ਨਾਲੇ ਬੈਠੇ ਫੌਤ ਹੋ ਗਏ ਨੇ ਅੱਗੋਂ ਉਹਨਾਂ ਦੇ ਪੋਤਰੇ ਪੋਤਰੇ ਹੋਣਗੇ ਕੋਈ ਠੀਕ ਹੈ ਇਹ ਰਾਜਪੂਤਾਂ ਦੀ ਕਿਹੜੀ ਬਰਾਦਰੀ ਸੀ ਕਿਹੜੀ ਗੋਤ ਸੀ ਗੋਤ ਜੀ ਇਹਨਾਂ ਦੀ ਘੋੜੇਵਾ ਘੋੜੇਵਾ ਰਾਜਪੂਤ ਘੋੜੇਵਾ ਬੜੇ ਆਏ ਨੇ ਉੱਥੋਂ ਠੀਕ ਹੈ ਅੱਛਾ ਬਾਬਾ ਜੀ ਇਹ ਦੱਸੋ ਇੱਕ ਨੰਬਰਦਾਰ ਸੀ ਪਿੰਡ ਦਾ ਸਾਰਾ ਕੋਰਾ ਹਾਂ ਇਸ ਹਾਂ ਤਾਂ ਇੱਕੋ ਹੀ ਵੇਖਿਆ ਇੱਕੋ ਹੀ ਵੇਖਿਆ ਇਹ ਪਿੰਡ ਕਿੱਡਾ ਕੁ ਵੱਡਾ ਸੀ ਕਿੰਨੇ ਕੁ ਮੁਰੱਬਿਆਂ ਦੀ ਜ਼ਮੀਨ ਸੀ ਜਾਂ ਅਗਵਾਈ ਸੀ ਖੇਤੀਬਾੜੀ ਦਾ ਮੈਨੂੰ ਨਹੀਂ ਪਤਾ ਬਾਕੀ ਪਿੰਡ ਬਾਬਾ ਦਰਮਿਆਨਾ ਸੀ ਕੋਈ ਸੌ ਘਰ ਹੋਵੇ ਦਾ ਸੌ ਘਰ ਕਿੰਨੇ ਕੁ ਬਾਜ਼ਾਰ ਸੀ ਗਲੀਆਂ ਸੀ ਬਾਜ਼ਾਰ ਸਾਡੇ ਕੋਲ ਗਲੀਆਂ ਹੀ ਹੈਗੀਆਂ ਸਨ ਅੱਛਾ ਪੁਰਾਣਾ ਪਿੰਡ ਸੀ ਪੁਰਾਣਾ ਪਿੰਡ ਠੀਕ ਹੈ ਚੱਕਾਂ ਵਾਲੇ ਬਾਜ਼ਾਰ ਨਹੀਂ ਜਿਵੇਂ ਇੱਧਰ ਚੱਕ ਬਣੇ ਨੇ ਉਹਨਾਂ ਦੇ ਖੁੱਲ੍ਹੇ ਬਾਜ਼ਾਰ ਵਗੈਰਾ ਜੇ ਉਹ ਛੋਟੀਆਂ ਛੋਟੀਆਂ ਗਲੀਆਂ ਵਾਈ ਜਿਹੜੀ ਹੈ ਸੀ ਉਸ ਇਲਾਕੇ ਦੇ ਵਿੱਚ ਉਹ ਖੂਹਾਂ 'ਤੇ ਸੀ ਜਾਂ ਨਹਿਰੀ ਪਾਣੀ ਸੀ ਖੂਹਾਂ 'ਤੇ ਸੀ ਖੂਹਾਂ 'ਤੇ ਨਹਿਰੀ ਪਾਣੀ ਕੋਈ ਨਹੀਂ ਵੇਖਿਆ ਸੀ ਉੱਥੇ ਖੂਹ ਹੈਗੇ ਸਨ ਵੀ ਪਹਿਲਾਂ ਬੋਕਾ ਹੁੰਦਾ ਸੀ ਅੱਛਾ ਬੋਕੇ ਨਾਲ ਪਾਣੀ ਨਿਕਲਦਾ ਸੀ ਅੱਛਾ ਜੀ ਫਿਰ ਮੁੜ ਕੇ ਲੋਕਾਂ ਟਿੰਡਾਂ ਲਾ ਲਿਆ ਸੀ ਅੱਛਾ ਅੱਛਾ ਉਹਨਾਂ ਨੂੰ ਹਿੰਦੁਸਤਾਨ ਅਤੇ ਪਾਕਿਸਤਾਨ ਬਣ ਗਿਆ ਤੇਰਾ ਠੀਕ ਹੈ ਉਹ ਟਿੰਡਾਂ ਬਾਅਦ 'ਚ ਲਵਾਈਆਂ ਹਾਂਜੀ ਪਹਿਲੇ ਬੋਕਿਆਂ ਨਾਲ ਕੱਢ ਕੇ ਪਹਿਲਾਂ ਬੋਕਿਆਂ ਨਾਲ ਕੱਢ ਕੇ ਝੋਟਾ ਜਿਹਾ ਬੋਲਦੇ ਜੋ ਲੈਣੀ ਜੋ ਉਹ ਲੈ ਜਾਣੀ ਉਹਨੇ ਕਿੱਲੀ ਕਰ ਦੇਣੀ ਉਹ ਪਿਛਾ ਜਿੱਥੇ ਜਾ ਕੇ ਡੋਲੇ ਨਾਲ ਪਾਣੀ ਡੋਲ ਲੈਣਾ ਫਿਰ ਬੋਕਾ ਭਰਨਾ ਬੜਾ ਔਖਾ ਬੜਾ ਵਿਆਹ ਸੀ ਬੜਾ ਵਿਆਹ ਸੀ ਅਸੀਂ ਵੇਖਦੇ ਰਹੇ ਬੋਲਿਆ ਸਾਡੇ ਰੋਟੀ ਖਾਣੀ ਉੱਥੇ ਖੋਲ੍ਹ ਕੇ ਰੱਖ ਲੈਣੀ ਜਿਹੜਾ ਚਲੋ ਚਰਸ ਜਿਹਾ ਆਉਣਾ ਚਰਸ ਦਾਦੀ ਨੂੰ ਉਹਨਾਂ ਚਿਰ ਬੁਰਕੇ ਮੂੰਹ 'ਚ ਪਾ ਲੈਣੀ ਫਿਰ ਲੱਗਦਾ ਦੁਆਲੇ ਇਹੋ ਜਿਹਾ ਕਾਰੋਬਾਰ ਬਹੁਤ ਔਖਾ ਵਾਈ ਵੀ ਐਵੇਂ ਹੀ ਕਰਨੀ ਹੁੰਦੀ ਸੀ ਹਾਂਜੀ ਬੋਕਿਆਂ ਨਾਲ ਹੀ ਜੀ ਬੋਕਿਆਂ ਨਾਲ ਪਾਣੀ ਬੋਕਿਆਂ ਨਾਲ ਲੱਗਦਾ ਹੈ ਪਾਣੀ ਬੋਕਿਆਂ ਨਾਲ ਹੀ ਪੀਜ ਕਰਦੇ ਸਨ ਹੋਰ ਕੋਈ ਨਹੀਂ ਗੱਲ ਨਹੀਂ ਅੱਛਾ ਬਾਬਾ ਜੀ ਬੋਕਿਆਂ ਨਾਲ ਤਾਂ ਬੜਾ ਔਖਾ ਨਹੀਂ ਹੁੰਦਾ ਸੀ ਉਹ ਵਾਈ ਔਖਾ ਸੀ ਬਿਲਕੁਲ ਔਖਾ ਸੀ ਫਸਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ ਇਸ ਤਰ੍ਹਾਂ ਫਸਲ ਹਰ ਇੱਕ ਹੀ ਹੁੰਦਾ ਸੀ ਹਰ ਇੱਕ ਫਸਲ ਮਕਈ ਕਣਕ ਛੋਲੇ ਜਿਹੜਾ ਆਮ ਫਸਲ ਹਰ ਫਸਲ ਹੁੰਦਾ ਸੀ ਠੀਕ ਹੈ ਸਾਡੇ ਇਲਾਕੇ ਨੂੰ ਸਾਡੇ ਹੀ ਦਬਾਬਾ ਅੱਛਾ ਅੱਛਾ ਹਾਂ ਹਾਂ ਅਤੇ ਉੱਥੇ ਹਰ ਸ਼ੈ ਹੁੰਦੀ ਠੀਕ ਹੈ ਸ਼ਾਦੀ ਵਿਆਹ ਉਸ ਤਰ੍ਹਾਂ ਕਿਵੇਂ ਹੁੰਦੇ ਸੀ ਉਦੋਂ ਕਿਸ ਤਰ੍ਹਾਂ ਦੀ ਰਸਮਾਂ ਸੀ ਸਾਦੇ ਜਿਹੇ ਬਾਜੇ ਹੁੰਦੇ ਸਨ ਜਿਹੜੇ ਪਹਿਲਾਂ ਨਰਾਸੀਆਂ ਕੋਲ ਹਾਂ ਹਾਂ ਉਹ ਬਾਜੇ ਬਜੋ ਬਜਾ ਲੈਣੇ ਜਾਂ ਕੋਈ ਵੱਡਾ ਬੰਦਾ ਜ਼ਿਆਦਾ ਮੂੰਹ ਤੋਂ ਉੱਠਿਆ ਤਾਂ ਕੰਜਰੀਆਂ ਕੁੰਜਰੀਆਂ ਲੈ ਆਉਣੀਆਂ ਉਸ ਵਕਤ ਦੀਆਂ ਅੱਛਾ ਇਹ ਵਿਆਹ ਸ਼ਾਦੀਆਂ ਦੇ ਰੌਣਕਾਂ ਹੁੰਦੀਆਂ ਸਨ ਠੀਕ ਹੈ ਮੇਲਾ ਤੁਹਾਡੇ ਇਲਾਕੇ 'ਚ ਕੋਈ ਲੱਗਦਾ ਸੀ ਮੇਲਾ ਲੱਗਦਾ ਸੀ ਜੀ ਕਿਹੜੀ ਜਗ੍ਹਾ 'ਤੇ ਮੇਲਾ ਲੱਗਦਾ ਸੀ ਆਨੰਦਪੁਰ ਲੱਗਦਾ ਸੀ ਆਨੰਦਪੁਰ ਆਨੰਦਪੁਰ ਉਪਲਾ ਜ਼ਿਲ੍ਹੇ ਹੁਸ਼ਿਆਰਪੁਰ ਜਾ ਪੈਂਦਾ ਸੀ ਅੱਛਾ ਹੁਸ਼ਿਆਰਪੁਰ ਜ਼ਿਲ੍ਹੇ 'ਚ ਪੈਂਦਾ ਸੀ ਠੀਕ ਬਾਕੀ ਇੱਕ ਰੋਸ਼ਨੀ ਸਾਦੀ ਹੁੰਦੀ ਜ਼ਿਲ੍ਹੇ ਲੁਧਿਆਣਾ 'ਚ ਲੱਗਦੀ ਸੀ ਰੋਸ਼ਨੀ ਹਾਂ ਮੇਲਾ ਹੀ ਸੀ ਉਹ ਵੀ ਇਹਨਾਂ 'ਚੋਂ ਕਿਸੇ ਮੇਲੇ 'ਤੇ ਤੁਸੀਂ ਖੁਦ ਵੀ ਗਏ ਨਹੀਂ ਖੁਦ ਮੈਂ ਨਹੀਂ ਗਿਆ ਇੱਕ ਮੇਲਾ ਲੱਗਦਾ ਸੀ ਮਡਾਲੀ ਸ਼ਰੀਫ ਮਡਾਲੀ ਬਜ਼ੁਰਗ ਸਨ ਉਹ ਉਸ ਮੇਲੇ 'ਤੇ ਮੈਂ ਨਿੱਕਾ ਹੁੰਦਾ ਗਿਆ ਅੱਛਾ ਹਾਂਜੀ ਉੱਥੇ ਕੀ ਨਕਲੀਏ ਨੁਕਲੀ ਆਉਂਦੇ ਸਨ ਕੀ ਨਕਲੀਏ ਵੀ ਆ ਜਾਂਦੇ ਸਨ ਫਿਰ ਉੱਥੇ ਲੰਗਰ ਦਾ ਵੇਖਿਆ ਸੀ ਸਿਸਟਮ ਮਤਲਬ ਕਿ ਜਿੱਥੇ ਬੰਦਾ ਸੁੱਤਾ ਵੀ ਪਿਆ ਨਾ ਉੱਥੇ ਵੀ ਦੋ ਰੋਟੀਆਂ ਅਤੇ ਸਾਲਾਂ ਨੂੰ ਰੱਖਦਾ ਵਾਹ ਜੀ ਵਾਹ ਯਾਨੀ ਹਰ ਇੱਕ ਦੀ ਸੰਭਾਲ ਹੁੰਦੀ ਸੰਭਾਲ ਹੁੰਦੀ ਲੰਗਰ ਖਵਾਇਆ ਜਾਂਦਾ ਸੀ ਉੱਥੇ ਅਜੇ ਵੀ ਮੇਲਾ ਸੁਣ ਲਿਆ ਪਰ ਲੱਗਦਾ ਠੀਕ ਹੈ ਠੀਕ ਹੈ ਇਹ ਜਿਹੜਾ ਮਡਾਲੀ ਸ਼ਰੀਫ ਵਾਲਾ ਮੇਲਾ ਸੀ ਹਾਂਜੀ ਇਹਨੂੰ ਵੇਖਣ ਮੁਸਲਮਾਨ ਹੀ ਜਾਂਦੇ ਸੀ ਜਾਂ ਸਿੱਖ ਵੀ ਆਉਂਦੇ ਸੀ ਮੁਸਲਮਾਨ ਵੀ ਜਾਂਦੇ ਸਿੱਖ ਵੀ ਚੱਲ ਜਾਂਦੇ ਸਨ ਅੱਛਾ ਸਿੱਖ ਜਾਣੇ ਕੇ ਅੰਦਰ ਨਹੀਂ ਜਾਂਦੇ ਸਨ ਬਾਹਰ ਸ਼ੁਕਰ ਮੇਲਾ ਦੇਖ ਲੈਂਦੇ ਠੀਕ ਹੈ ਮੇਲੇ ਦੇ ਵਿੱਚ ਕੀ ਕੁਝ ਹੁੰਦਾ ਸੀ ਕੀ ਮੇਲੇ ਜੀ ਉਦੋਂ ਤਾਂ ਮਿੱਟੀ ਦੀਆਂ ਗੁੱਡੀਆਂ ਗੱਡੀਆਂ ਬੜੀਆਂ ਹੁੰਦੀਆਂ ਸਨ ਸਾਦੇ ਜ਼ਮਾਨੇ ਸਨ ਅਤੇ ਬਾਕੀ ਜ਼ਿਮੀਂਦਾਰ ਜਿਹੜੇ ਬੜਾ ਡਾਂਗ ਸੋਟਾ ਫੜ ਲੈਂਦੇ ਸਨ ਹੋਰ ਸ਼ਾਇਦ ਕੋਈ ਸੀ ਠੀਕ ਬਾਬਾ ਜੀ ਦੱਸੋ ਮੇਲੇ ਦੇ ਵਿੱਚ ਕਬੱਡੀ ਵਗੈਰਾ ਹੁੰਦੀ ਸੀ ਕਬੱਡੀ ਵਗੈਰਾ ਨਹੀਂ ਹੁੰਦੀ ਜੀ ਅਸਾਂ ਨੇ ਵੇਖੀ ਕੋਲ ਨਹੀਂ ਵੇਖਿਆ ਹਾਂਜੀ ਕੋਈ ਗਾਣ ਵਜਾਉਣ ਵਾਲੇ ਆਉਂਦੇ ਸੀ ਗਾਣ ਵਜਾਉਣੇ ਬਾਹਰਲੇ ਪਾਸੇ ਹੁੰਦੇ ਸਨ ਜਿਹੜਾ ਅੰਦਰ ਏਰੀਆ ਸੀ ਨਾ ਉੱਥੇ ਨਹੀਂ ਆਉਂਦੇ ਤੁਹਾਡੇ ਇਲਾਕੇ 'ਚ ਕੋਈ ਮਸ਼ਹੂਰ ਨਕਲੀਆ ਜਾਂ ਗਾਉਣ ਵਾਲਾ ਜਿਹਨੂੰ ਲੋਕ ਨਕਲੀਆ ਜੀ ਸਾਡੇ ਕੋਲ ਮੁਕੰਦਪੁਰ ਸੀ ਉੱਥੋਂ ਦਾ ਫਿਰੋਜ਼ ਸੀ ਫਿਰੋਜ਼ ਫਿਰੋਜ਼ ਉਹ ਮਸ਼ਹੂਰ ਹੁੰਦਾ ਸੀ ਉਸ ਇਲਾਕੇ ਬੰਦਾ
ਅੱਛਾ ਉਦੋਂ ਹਸਾਨ ਖਡਾਉਣ ਵਾਲੇ ਨਕਲੀ ਹੀ ਹੁੰਦੇ ਸੀ? ਨਕਲੀ ਹੁੰਦੇ ਸਨ। ਇਹ ਉਦੋਂ ਦੀ ਤਫਰੀ ਵੀ ਇਹੀ ਸੀ ਸਾਰਾ ਕੁਝ? ਹਾਂਜੀ। ਠੀਕ ਹੈ ਠੀਕ। ਤੁਹਾਡੇ ਪਿੰਡ ਵੀ ਕਦੇ ਆਇਆ ਹੈ ਫਿਰੋਜ਼? ਹਾਂਜੀ ਆਉਂਦਾ ਰਿਹਾ, ਨਾ ਤਾਂ ਹੀ ਜਾਣ ਲਿਆ ਉਹਦਾ। ਅੱਛਾ, ਕਿਸ ਤਰ੍ਹਾਂ ਦੀਆਂ ਨਕਲਾਂ ਕਰਦੇ ਸੀ ਜਿਹੜੇ ਹਸਾਨ ਦੇ ਸੀ? ਕਰਦੇ ਸੀ ਇੱਕ ਦੂਜੇ ਨੂੰ ਮਖੌਲ ਕਰਨਾ। ਹਾਂ, ਉਹ ਸੁਰ ਉਹਨਾਂ ਕੋਲ ਆਉਂਦੀ ਸੀ, ਅਸੀਂ ਪਟਾਕਾ ਜਿਹਾ ਇਹਨਾਂ ਉਹ ਮਾਰਨ ਲੱਗ ਪੈਣਾ। ਬਸ ਇਹੋ ਜਿਹੀਆਂ ਹੁੰਦੀਆਂ ਸਾਰੀਆਂ ਗੱਲਾਂ। ਠੀਕ ਹੈ ਠੀਕ। ਬਾਬਾ ਜੀ, ਫਿਰ ਕਿਵੇਂ ਕਿਵੇਂ ਤੁਸੀਂ ਸੁਣਨਾ ਸ਼ੁਰੂ ਕੀਤਾ ਵੀ ਇੱਥੋਂ ਜਾਣਾ ਔਰ ਪਾਕਿਸਤਾਨ ਬਣਦਾ ਪਿਆ, ਇੱਥੋਂ ਸਾਨੂੰ ਜਾਣਾ ਪੈਣਾ, ਉੱਠਣਾ ਪੈਣਾ? ਥੋੜ੍ਹਾ ਜਿਹਾ ਚਿਰ ਪਹਿਲਾਂ ਪਤਾ ਲੱਗਾ, ਪਰ ਸਾਡੇ ਜਿਹੜੇ ਬਜ਼ੁਰਗ ਸਨ ਹਾਂ ਹਾਂ ਉਹ ਇਸ ਚੀਜ਼ ਨੂੰ ਮੰਨਦੇ ਨਹੀਂ ਸਨ, ਆਉਂਦੇ ਸਨ ਚਾਰ ਦਿਨ ਰੌਲਾ ਫਿਰ ਆ ਜਾਣਾ। ਅੱਛਾ ਅੱਛਾ, ਚਾਰ ਦਿਨ ਰੌਲਾ ਪੈਂਦਾ ਫਿਰ ਆ ਜਾਣਾ ਇੱਥੇ। ਠੀਕ ਹੈ। ਇਸ ਤਰ੍ਹਾਂ ਕਰਦਿਆਂ ਕਰਦਿਆਂ ਫਿਰ ਜਿਹੜੇ ਮਾਰ ਵਾੜ ਸ਼ੁਰੂ ਹੋ ਗਈ, ਉਸ ਵੇਲੇ ਅਸੀਂ ਡੀਗਰ ਦਾ ਵਕਤ ਸੀ। ਅੱਛਾ, ਸਾਨੂੰ ਸਿੱਖ ਪਏ ਨੇ ਜਾਂ ਹਿੰਦੂ ਪਏ ਨੇ? ਉਸ ਵੇਲੇ ਅਸੀਂ ਨਿਕਲੇ ਇੱਕ ਸਾਡੇ ਪਿੰਡ ਦੇ ਬਰਾਦਰੀ 'ਚੋਂ ਬਦਮਾਸ਼ ਤੌਰ ਦਾ ਬੰਦਾ ਸੀ ਉਸ ਜ਼ਮਾਨੇ ਦਾ। ਅੱਛਾ। ਉਹਦੇ ਕੋਲ ਤਲਵਾਰ ਸੀ, ਜਿਸਦੇ ਸਿੱਖ ਪੈਂਦੇ ਸਨ ਭੱਜ ਕੇ, ਉਹਦੇ ਕੋਲ ਨੋਟ ਹੈਗੇ ਸਾਨੂੰ ਛੱਡ ਦਿੰਦਾ ਹੈ, ਉਹ ਜਿਹੜੇ ਫੰਡ ਪੈਂਦੇ ਉਹ ਇੱਕ ਤੋਂ ਮਾਰ ਦਿੰਦਾ ਹੈ। ਉਹਨੇ ਪੰਜ ਸੱਤ ਮਾਰੇ ਨੇ ਅਤੇ ਫਿਰ ਪਿੰਡ ਦੀ ਭਾਜ ਪੈ ਗਈ। ਥੋੜ੍ਹਾ ਦਿਨ ਸੀ ਅੱਗੋਂ, ਇੱਕ ਰਾਤ ਪੈ ਗਈ, ਰਾਤ ਦੇ ਵਿੱਚ ਅੱਗੇ ਇੱਕ ਖੂਹ ਸੀ ਪੁਰਾਣਾ ਜਿਹਾ, ਉੱਥੇ ਅਸੀਂ ਤਿੰਨ ਬੰਦੇ ਸੀ, ਇੱਕ ਮੈਂ ਸਾਬੇ ਮੇਰੇ ਉਂਗਲ ਫੜੀ ਸੀ, ਇੱਕ ਗੁੱਜਰ ਸੀ ਸਾਡੇ ਪਿੰਡ ਦਾ, ਇੱਕ ਮੇਰਾ ਪਿਓ ਦਾ। ਅੱਛਾ ਜੀ। ਅਸੀਂ ਰਾਤ ਉੱਥੇ ਕੱਢੀ। ਤਿੰਨ ਬੰਦੇ? ਤਿੰਨ ਬੰਦੇ ਸੀ। ਅਤੇ ਬਾਕੀ ਪਿੰਡ ਤੁਹਾਡੇ ਤੋਂ? ਬਾਕੀ ਕਿਹੜਾ ਚਲਾ ਗਿਆ, ਕਿਹੜਾ ਚਲਾ ਗਿਆ ਜਿੱਥੇ ਕਿ ਜਾਨ ਬਚਾਉਣ ਅਸੀਂ ਜਾਣ ਹੋਇਆ ਭੱਜ ਪਿਆ। ਹਾਂਜੀ। ਉਹ ਫਿਰ ਅਸੀਂ ਖੂਹ 'ਤੇ ਰਾਤ ਪੈ ਰਿਹਾ, ਦਿਨੇ ਉੱਠ ਕੇ ਤੁਰੇ ਅਤੇ ਅੱਗੋਂ ਬਾਰਿਸ਼ਾਂ ਪੈਂਦੀਆਂ ਸਨ, ਬੱਦਲ ਬੜਾ ਸੀ, ਅੱਗੋਂ ਇੱਕ ਚੰਗੀ ਜਿਹੀ ਕਿੱਕਰਾਂ ਦੀ ਨਿਕਲੀ, ਉੱਥੋਂ ਦੋ ਸਿੱਖ ਨਿਕਲੇ ਨੇ। ਅੱਛਾ ਜੀ। ਉਹ ਪਰਾਂ ਉਹ ਕੋਈ ਕਿੱਲਾ ਫੈਸਲਾ ਪਰਾਂ ਖਲੋ ਗਏ ਨੇ। ਅੱਛਾ ਜੀ। ਇਹ ਸਾਡੇ ਵੀ ਜਿਹੜੇ ਅੱਬਾ ਸਾਡਾ ਅੱਜ ਤੇ ਇੱਕ ਗੁੱਜਰ ਸੀ, ਉਹ ਵੀ ਖਲੋ ਗਏ, ਮੈਂ ਵੀ ਨਾਲ ਹੀ ਸਾਂ। ਅੱਛਾ ਜੀ। ਉਹ ਬਹੁਤ ਚਿਰ ਪੰਜ ਕੁ ਦਸ ਮਿੰਟ ਖੜੇ ਰਹੇ, ਫਿਰ ਅਖੀਰ ਉਹਨਾਂ ਹੋਇਆ, ਮੀਆਂ ਸਾਹਿਬ ਕਿਵੇਂ ਖੜੇ ਜੇ ਇੱਥੇ? ਉਹਨੇ ਤੁਹਾਨੂੰ ਵੇਖ ਕੇ ਖਲੋ ਗਏ। ਹਾਂ। ਉਹਨਾਂ ਆਖਿਆ ਵੀ ਤੁਹਾਨੂੰ ਕੁਛ ਨਹੀਂ ਆਉਂਦਾ ਅਤੇ ਤੁਸੀਂ ਆ ਜਾਓ। ਅਸੀਂ ਉੱਧਰ ਲੰਘ ਗਏ, ਉਹ ਪਿੱਛੇ ਚਲੇ ਗਏ। ਉਦੋਂ ਫਿਰ ਸੀ ਬਰਾਮ ਸੀ ਕੈਂਪ ਸਾਡਾ, ਬੜਾ ਤਗੜਾ ਕੈਂਪ ਲੱਗਾ ਸੀ। ਅੱਛਾ ਜੀ। ਬਰਾਮ ਕਸਬਾ ਜਿਹਾ ਸੀ। ਅੱਛਾ ਜੀ। ਉਹਦੇ 'ਚ ਆ ਗਏ ਅਸੀਂ, ਉੱਥੇ ਰਹੇ ਹਾਂ। ਉੱਥੋਂ ਚੱਲੇ ਹਾਂ ਅੱਗੋਂ, ਫਿਰ ਗੜਾ ਮੋੜ ਸੀ ਇੱਕ, ਗੜੇ ਆ ਗਏ ਹਾਂ, ਉੱਥੇ ਕੁ ਚਾਂਦਰ ਰਹੇ ਹਾਂ। ਇੱਕ ਗੱਡੀ ਹੁੰਦੀ ਸੀ ਅੰਗਰੇਜ਼ ਦੀ, ਉਹ ਜਿਹੜੀ ਆਸੇ ਪਾਸੇ ਫਿਰਦੀ ਫਿਰਦੀ ਰਹਿੰਦੀ ਸੀ, ਹੋਰ ਐਡੀ ਆਵਾਜ਼ 'ਚ ਕੋਈ ਨਹੀਂ ਸੀਗੀ। ਇਸ ਕਰਕੇ ਫਿਰ ਲਾਹੌਰ ਆ ਬਣਿਆ। ਤੁਹਾਡਾ ਕਾਫਲਾ ਕਿੱਡਾ ਕੁ ਵੱਡਾ ਸੀ ਜਿਹਦੇ ਨਾਲ ਤੁਸੀਂ ਆਏ ਹੋ? ਕਾਫਲਾ ਜੀ ਮੇਰਾ ਘਰ ਕਮ ਸੇ ਕਮ 1000-1200 ਬੰਦਾ ਹੈਗਾ। 1200-1200 ਬੰਦਾ ਸੀ ਅੰਦਾਜ਼ਾ ਜੀ ਉਸ ਵਕਤ ਦਾ? ਅੰਦਾਜ਼ਾ ਜੀ। ਪਹਿਲੇ ਕੈਂਪ ਵਿੱਚ ਜਿਹੜਾ ਤੁਹਾਡਾ ਪਹਿਲਾ ਕੈਂਪ ਸੀ? ਹਾਂਜੀ, ਪਹਿਲਾ ਕੈਂਪ ਬਰਾਮ ਸੀ ਸਾਡਾ। ਉੱਥੇ ਕਿੰਨੇ ਦਿਨ ਬੈਠੇ ਰਹੇ ਹੋ? ਉੱਥੇ ਕੋਈ 20-25 ਦਿਨ ਬੈਠੇ ਰਹੇ। ਬਾਬਾ ਜੀ, ਜਦੋਂ ਪਿੰਡੋਂ ਨਿਕਲੇ ਉਹ ਕੋਈ ਖਾਣ ਪੀਣ ਦਾ ਸਮਾਨ ਚੁੱਕ ਹੋਇਆ ਸੀ ਕਿ ਨਹੀਂ ਹੋਇਆ? ਨਹੀਂ ਜੀ, ਕੋਈ ਨਹੀਂ ਚੁੱਕ ਹੋਇਆ। ਅਤੇ ਫਿਰ ਕੈਂਪ ਵਿੱਚ ਕੀ ਖਾਂਦੇ ਸੀ ਤੁਸੀਂ? ਕੈਂਪ ਵਿੱਚ ਜੀ ਇਸੇ ਤਰ੍ਹਾਂ ਕੋਈ ਬਾਹਰ ਨਿਕਲ ਜਾਣਾ, ਮਕਈਆਂ ਹੁੰਦੀਆਂ ਸਨ। ਹਾਂ ਹਾਂ। ਉੱਥੋਂ ਭੰਨ ਤੋਲ ਲਿਆਉਣੇ, ਕੋਈ ਗੰਨੇ ਲੈ ਆਉਣੇ। ਅੱਛਾ। ਕੋਈ ਪਿੰਡ ਜਿਹੜੇ ਕੋਈ ਬੰਦੇ ਅੱਲਾ ਲੋਕ ਹੈਗੇ ਸਨ, ਉਦੋਂ ਵੀ ਆਟਾ ਉਟਾ ਦਿੰਦੇ ਸਨ, ਇਸ ਤਰ੍ਹਾਂ ਵਕਤ ਗੁਜ਼ਾਰ ਰਿਹਾ। ਉੱਥੋਂ ਲੋਕ ਜਿਹੜੀ ਨਾਲ ਆਬਾਦੀ ਸੀ? ਹਾਂਜੀ। ਉੱਥੋਂ ਵੀ ਕੋਈ ਖਾਣ ਪੀਣ ਨੂੰ ਚੀਜ਼ਾਂ ਮਿਲ ਜਾਂਦੀਆਂ ਸੀ? ਨਹੀਂ ਜੀ, ਆਬਾਦੀ ਪਤਾ ਨਹੀਂ, ਖਰੇ ਮੁਸਲਮਾਨ ਦੇ ਹਿੰਦੂਆਂ ਦੇ ਸੀ, ਉੱਥੋਂ ਕੋਈ ਸ਼ੈ ਨਹੀਂ ਮਿਲਦੀ ਸੀ। ਬਸ ਇਸੇ ਤਰ੍ਹਾਂ ਬਾਹਰ ਨਿਕਲ ਕੇ ਉੱਥੋਂ ਮਕਈ ਦੇ ਗੁੱਲੀਆਂ ਪਾ ਲਈਆਂ, ਉਦੋਂ ਮਕਈ ਪੱਕੀ ਸੀ, ਮੌਸਮ ਦੇ ਗੰਨੇ ਪਾ ਲਿਆਂਦੇ, ਉਹ ਚੂਬ ਲੈ ਕੇ ਆਟਾ ਸੇਰ ਖੁਦਾ ਵਾਸਤੇ ਦੇ ਤਾ, ਉਹ ਖਾ ਲਿਆ। ਇਸ ਤਰ੍ਹਾਂ ਬਾਬਾ ਜੀ ਵੱਡਿਆਂ ਦਾ ਤਾਂ ਗੁਜ਼ਾਰਾ ਹੋ ਜਾਂਦਾ ਹੋਣਾ, ਜਿਹੜੇ ਨਿੱਕੇ ਨਿਆਣੇ ਸੀ ਬਾਹਰ ਸੀ ਜੀ, ਨਿੱਕੇ ਫਿਰ ਕੀ ਕਰਨ, ਰੋਡ ਆ ਕੇ ਕੋਈ ਮਾਵਾਂ ਦੁੱਧ ਦਿੰਦੀਆਂ ਸਨ, ਕਿਸੇ ਨੂੰ ਖਾ ਪਿਆ ਥੋੜ੍ਹਾ ਕਹਾਣਾ, ਇਸੇ ਤਰ੍ਹਾਂ ਬਿਮਾਰੀ ਬੜੀ ਪਈ ਸੀ, ਬਿਮਾਰੀ ਫੈਲੀ ਸੀ। ਹਾਂਜੀ, ਹੈਜ਼ੇ ਦੀ ਬਿਮਾਰੀ ਫੈਲੀ ਹੋਈ, ਬੱਚੇ ਮਰ ਜਾਂਦੇ ਸਨ ਬਹੁਤ, ਬੱਚੇ ਵੀ। ਹਾਂਜੀ। ਕਿੰਨੀਆਂ ਕੁ ਮੌਤਾਂ ਹੋਈਆਂ ਹੋਣਗੀਆਂ ਕੈਂਪ 'ਚ ਉਸ ਬਿਮਾਰੀ? ਮੌਤਾਂ ਜੀ ਕੈਂਪ ਦੇ ਵਿੱਚ ਸੈਕੜਿਆਂ ਦੇ ਹਿਸਾਬ 'ਤੇ ਸਨ, ਅਤੇ ਮੌਤਾਂ ਦਾ ਲੱਖਾਂ ਦੇ ਹਿਸਾਬ 'ਤੇ ਹੋ ਗਈਆਂ ਸਾਰੀਆਂ। ਬਿਮਾਰੀ ਨਾਲ ਕਿੰਨੇ ਕੁ ਲੋਕ ਫੌਤ ਹੋਏ? ਬਿਮਾਰੀ ਨਾਲ ਜੀ ਬੱਚਾ ਜਿਹੜਾ ਬਿਮਾਰ ਹੋਇਆ, ਦਵਾਈ ਦਾ ਉੱਥੇ ਕੋਈ ਇੰਤਜ਼ਾਮ ਨਹੀਂ ਹੁੰਦਾ ਸੀ। ਹਾਂ ਹਾਂ। ਬਸ ਆਪਣੇ ਆਪ ਦਾ ਦਿਨ ਦਿਨ ਕੱਢ ਜਾ ਜਦੋਂ ਫੌਤ ਗਿਆ ਉੱਥੇ ਟੋਆ ਕਰਦੇ ਨੱਪ, ਉੱਥੇ ਟੋਆ ਕੱਢ ਕੇ ਨੱਪ ਦੇਣਾ ਜੀ, ਸਤਾਮ ਵੇਲੇ ਹੋਵੇ। ਫਿਰ ਅਸੀਂ ਕੰਗਣਪੁਰ ਜਾ ਰਹੇ ਹਾਂ, ਇੱਥੇ ਵੇਖਿਆ ਲੈਣ ਦੇ ਪਰਲੇ ਪਾਸੇ ਜਿਹੜੇ ਖਤਾਨ ਜਿਹੇ ਬਣੇ ਨੇ, ਉਹ ਸਾਰੀਆਂ ਕਬਰਾਂ ਹੀ ਸਨ। ਉੱਥੇ ਗੱਡੀ ਖਲੋਣੀ, ਮੈਂ ਵੀ ਸਾਰਿਆਂ ਤੋਂ ਪਿੱਛੇ ਆਏ ਨੇ, ਉੱਥੇ ਗੱਡੀ ਖਲੋਣੀ, ਉੱਥੇ ਲਾਸ਼ਾਂ ਪਈਆਂ ਹੋਣੀਆਂ, ਲਾ ਕੇ ਉੱਥੇ ਨੱਪ ਦੇਣੇ ਟੋਏ ਨੇ। ਹੁਣ ਇਸ ਵੇਲੇ ਵੇਖੀ ਤਾਂ ਉੱਥੇ ਐਡਾ ਪਾਣੀ ਹੈ।
ਇਨਸਾਨ ਬੇਕਦਰਾ ਹੋ ਗਿਆ ਸੀ। ਹਾਂਜੀ, ਬੇਕਦਰਾ ਹੋ ਗਿਆ ਵੀ ਲਾਸ਼ ਪਈ ਹੈ ਤਾਂ ਲੋਕ ਉੱਤੋਂ ਦੀ ਲੰਘੇ ਜਾਂਦੇ, ਹਰ ਕਿਸੇ ਨੂੰ ਆਪਣੀ ਜਾਨ ਦੀ ਪਈ। ਇਸੇ ਤਰ੍ਹਾਂ ਦੇ ਹਾਲਾਤ ਕੋਈ ਬਣੇ ਸੀ? ਬੱਚੇ ਦੱਸੇ ਵੇਖੇ ਨੇ, ਕਿਸਾਂ ਪੈ ਨੇ ਦੂ, ਉਹ ਮਾਵਾਂ ਬਾਈਆਂ ਸਨ ਜਿਹੜੀਆਂ, ਉਹਨਾਂ ਨੇ ਬੱਚੇ ਚਲਾ ਚਲਾ ਕੇ ਸੁੱਟੇ, ਮਾਵਾਂ ਨੇ ਪੁੱਤਰ ਨਹੀਂ ਸੰਭਾਲੇ। ਅੱਲਾ ਨਾ ਇਹੋ ਜਿਹਾ ਵਕਤ ਲਿਆ। ਬਾਬਾ ਜੀ, ਜਿਹੜਾ ਤੁਹਾਡਾ ਪਿੰਡ ਸੀ, ਜਦੋਂ ਤੁਸੀਂ ਨਿਕਲੇ ਹੋ ਆਪਣੇ ਪਿੰਡੋਂ, ਆਲੇ ਦੁਆਲੇ ਤੁਸੀਂ ਦੱਸਿਆ ਸਾਨੂੰ ਕਿ ਮਾਰਵਾੜ ਸ਼ੁਰੂ ਹੋ ਗਈ ਸੀ, ਨੇੜੇ ਨੇੜੇ ਦੇ ਕਿਹੜੇ ਪਿੰਡਾਂ 'ਚ ਹਮਲੇ ਹੋਏ ਸੀ ਜਾਂ ਦੱਸ ਪੈਂਦੀ ਵੀ ਉੱਥੇ ਨੁਕਸਾਨ ਹੋਇਆ? ਪਿੰਡ ਜੀ ਜਿਹੜਾ ਸਾਡੇ ਪਿੰਡ ਤੋਂ ਦੂਰ ਸੀ, ਮਹਾਲੋਂ ਪਿੰਡ, ਉੱਥੇ ਜ਼ਿਆਦਾ ਨੁਕਸਾਨ ਹੋਇਆ। ਅੱਛਾ ਜੀ। ਉੱਥੇ ਮੇਰਾ ਬਾਅਦ ਇੱਕ ਸੂਬੇਦਾਰ ਸੀ ਉਸ ਜ਼ਮਾਨੇ ਦਾ, ਹਾਂ, ਮੁਸਲਮਾਨ ਸੀ। ਠੀਕ ਹੈ। ਉਹਨੇ ਕਿੰਨਾ ਚਿਰ ਗੋਲੀ ਚਲਾਈ ਰੱਖੀ ਹੈ ਅਤੇ ਅਸੀਂ ਤਾਂ ਉਹਨੂੰ ਗੋਲੀ ਲਾ ਗਏ, ਸਿੱਖ ਨੇ ਮਾਰਤੀ। ਅੱਛਾ। ਉਹ ਮਰ ਗਿਆ, ਫਿਰ ਭਾਜ ਪੈ ਗਏ। ਹਾਂ ਹਾਂ। ਭਾਜ ਪਿਆ, ਫਿਰ ਕੁਝ ਉਹਨਾਂ ਦੀਆਂ ਖੂਹਾਂ ਛਾਲਾ ਮਾਰ ਕੇ ਮਰ ਗਏ। ਹਾਂ ਹਾਂ। ਅਤੇ ਕੁਝ ਨਿਕਲਿਆ। ਅੱਜ ਵੀ ਵੇਲਾ ਯਾਦ ਆਉਂਦਾ ਅਤੇ ਇੱਕ ਵਾਰੀ ਤਾਂ ਲੂੰ ਕੰਡੇ ਸਿੱਖੂ ਤਾਂ ਹੁੰਦੇ ਹੋਣਗੇ। ਔਰ ਫਿਰ ਵਕਤ ਐਸਾ ਵੀ ਜਿਹੜੇ ਰਲ ਕੇ ਬੈਠੇ ਸਨ, ਮਤਲਬ ਲੈਣਾ ਦੇਣਾ ਹਿੰਦੂ ਮੁਸਲਮਾਨ, ਉਹ ਲੋਕ ਦੁਸ਼ਮਣ ਬਣ ਗਏ। ਵਕਤ ਨੇ ਵੇਲੇ ਨਹੀਂ ਅੱਖਾਂ ਪਰਤ ਲਈਆਂ, ਬਿਲਕੁਲ ਰੱਬ ਨੇ ਪਰਤਿਆ ਜੀ, ਹੋਰ ਕੌਣ ਪਰਤਣਾ। ਅੱਲਾ ਦਾ। ਅੱਛਾ ਬਾਬਾ ਜੀ, ਇਹ ਦੱਸੋ ਕਿ ਇਸ ਤਰ੍ਹਾਂ ਦੇ ਹਾਲਾਤ ਸੀ ਜਿੰਨਾ ਤੁਸੀਂ ਪਾਕਿਸਤਾਨ ਤੱਕ ਪਹੁੰਚੇ ਹੋ, ਔਰ ਤੁਸੀਂ ਸਾਨੂੰ ਦੱਸਿਆ ਵੀ ਜਿਸ ਵੇਲੇ ਪਿੰਡ 'ਤੇ ਹਮਲਾ ਹੋਇਆ ਅਤੇ ਹਰ ਕੋਈ ਜਿੱਧਰ ਨੂੰ ਮੂੰਹ ਹੋਇਆ ਭੱਜ ਗਿਆ, ਤੁਹਾਡੇ ਘਰ ਵਾਲੇ ਜਿਹੜੇ ਜੀ ਸੀ ਉਹ ਵੱਖੋ ਵੱਖ ਹੋ ਗਏ ਸੀ, ਫਿਰ ਤੁਹਾਨੂੰ ਕਿੱਥੇ ਮਿਲਿਆ? ਘਰ ਵਾਲੇ ਜੀ ਅਸੀਂ ਇਕੱਠੇ ਰਹੇ, ਲਾਹੌਰ ਕੈਂਪ 'ਚ ਮਿਲ ਗਿਆ ਕਦੇ, ਲਾਹੌਰ ਬਦਾਮੀ ਬਾਗ ਕੈਂਪ ਸੀ ਵੱਡਾ, ਹਾਂ, ਉੱਥੇ ਇਕੱਠੇ ਹੋ ਗਏ। ਇਕੱਠੇ ਹੋ ਗਏ, ਠੀਕ ਹੈ। ਉੱਥੇ ਇੱਕ ਵਾਰੀ ਤਾਂ ਜਿਹੜੇ ਪਿੰਡੋਂ ਤੁਸੀਂ ਭੱਜੇ ਹੋ ਅਤੇ ਫਿਰ ਤੁਸੀਂ ਸੀ, ਤੁਹਾਡੇ ਵਾਲਦ ਸਾਹਿਬ ਸੀ, ਇੱਕ ਬੰਦਾ ਹੋਰ ਸੀ ਨਾਲ, ਹਾਂਜੀ, ਤਿੰਨ ਜੀ ਸੀ, ਅਤੇ ਬਾਕੀ ਜਿਹੜੇ ਘਰ ਵਾਲੇ ਸੀ ਉਹ ਕਿੱਧਰ, ਉਹਨਾਂ ਨੇ ਦੱਸਿਆ ਵੀ ਕਿੱਧਰ ਨਿਕਲ ਗਏ? ਉੱਥੇ ਆ ਗਏ, ਉਸੇ ਕੈਂਪ 'ਚ ਇੱਕ ਦੋ ਦਿਨ ਇੱਕ ਦੂਜੇ ਨੂੰ ਮਿਲਦੇ ਹਨ। ਤੁਹਾਡੇ ਪਿੰਡ ਦੇ ਲੋਕਾਂ ਦਾ ਹਮਲੇ 'ਚ ਕੋਈ ਨੁਕਸਾਨ ਨਹੀਂ ਹੋਇਆ, ਸ਼ਹੀਦ ਹੋਏ ਕੁਝ? ਨੁਕਸਾਨ ਬਹੁਤਾ ਨਹੀਂ ਹੈ, ਦੋ ਚਾਰ ਬੰਦੇ ਸ਼ਹੀਦ ਹੋਏ ਸਨ। ਦੋ ਚਾਰ ਬੰਦੇ ਸ਼ਹੀਦ? ਉਹ ਵੀ ਬੁੜੇ ਬੰਦੇ ਸਨ, ਹਾਂ ਹਾਂ, ਨਹੀਂ ਆ ਸਕੇ ਅਤੇ ਉਹ ਸ਼ਹੀਦ ਹੋ ਗਏ। ਕਦੇ ਕੋਈ ਤੁਹਾਡੀ ਬਰਾਦਰੀ ਦਾ ਬੰਦਾ ਵਾਪਸ ਆਪਣਾ ਪਿੰਡ ਵੇਖਣ ਗਿਆ? ਨਹੀਂ ਜੀ, ਕਦੇ ਮੌਕਾ ਨਹੀਂ ਮਿਲਿਆ? ਨਹੀਂ, ਕੋਈ ਨਹੀਂ ਗਿਆ, ਨਾ ਕੋਈ ਖਾਸ ਲੋੜ ਸੀ, ਨਾ ਗਿਆ। ਤੁਹਾਡੇ ਪਿੰਡ ਦੇ ਵਿੱਚ ਕੋਈ ਦਰਬਾਰ, ਕੋਈ ਦਰਗਾਹ, ਕੋਈ ਮਜ਼ਾਰ ਹੈ ਸੀ ਜਿਹੜਾ ਬਾਕੀ ਹੋ ਸਕੇ? ਕੋਈ ਮਸ਼ਹੂਰ ਬਾਜ਼ਾਰ ਕੋਈ ਨਹੀਂ ਸੀ ਉੱਥੇ, ਕੋਈ ਮਜ਼ਾਰ ਵਗੈਰਾ, ਕੋਈ ਦਰਬਾਰ ਵੀ ਨਹੀਂ ਸੀ? ਨਹੀਂ, ਸਿੱਖਾਂ ਦਾ ਗੁਰਦੁਆਰਾ ਹੈਗਾ ਸੀ, ਮੁਸਲਮਾਨਾਂ ਦੀ ਮਸਜਿਦ ਹੈਗੀ ਸੀ ਬਸ। ਗੁਰਦੁਆਰਾ ਸਿੱਖਾਂ ਦਾ ਹੈ ਸੀ ਤੁਹਾਡੇ ਪਿੰਡ ਵਿੱਚ? ਇਹਦਾ ਮਤਲਬ ਸਿੱਖ ਵੀ ਬੈਠੇ ਸੀ ਪਿੰਡ 'ਚ? ਸਿੱਖ ਪਿੰਡ ਤੋਂ ਬਾਹਰ ਸਨ, ਗੁਰਦੁਆਰੇ ਬਾਹਰ ਸੀ, ਦੂਸਰੇ ਪਿੰਡ ਦੇ ਸਿੱਖ ਸਨ, ਸਾਡੇ ਪਿੰਡ ਦੇ ਨਹੀਂ ਸਨ। ਨਾਲ ਆਬਾਦੀ? ਹਾਂਜੀ, ਨਾਲ ਆਬਾਦੀ। ਠੀਕ ਹੈ, ਠੀਕ ਹੈ, ਠੀਕ। ਉਹਨਾਂ 'ਚੋਂ ਕਿਸੇ ਦਾ ਨਾਂ ਯਾਦ ਹੈ ਤੁਹਾਨੂੰ? ਨਹੀਂ, ਠੀਕ ਹੈ। ਬਾਬਾ ਜੀ, ਹੁਣ ਜਿਹੜੇ ਤੁਹਾਡੇ ਪਿੰਡ ਦੇ ਲੋਕ ਨੇ, ਹਾਂਜੀ, ਪਰਾਗਪੁਰ ਤੁਸੀਂ ਦੱਸਿਆ? ਹਾਂਜੀ, ਪਰਾਗਪੁਰ। ਪਰਾਗਪੁਰ, ਇਹ ਹੁਣ ਪਾਕਿਸਤਾਨ ਵਿੱਚ ਕਿੱਥੇ ਕਿੱਥੇ ਬੈਠੇ ਨੇ? ਇਹ ਜੀ ਬਹੁਤੇ ਘਰ ਤਾਂ ਸਾਰੇ, ਕੁਝ ਤਾਂ ਬੈਠੇ ਨੇ ਗੁਜਰਾਂ ਵਾਲੇ, ਗੁਜਰਾਂ ਵਾਲੇ? ਹਾਂਜੀ। ਅੱਛਾ ਜੀ। ਕੁਝ ਬੈਠੇ ਨੇ ਫੈਸਲਾਬਾਦ ਵੱਲੇ, ਅੱਛਾ, ਖਿਲਰ ਗਏ ਨੇ, ਛੱਟਾ ਆ ਗਿਆ, ਜਿੱਥੇ ਕਿਸੇ ਦੀ ਕੋਈ ਬਰਾਦਰੀ ਸੀ ਉੱਥੇ ਚਲਾ ਗਿਆ, ਹਾਂ ਹਾਂ, ਜਿੱਥੇ ਕਿਸੇ ਨੂੰ ਮਾੜੀ ਮੋਟੀ ਵਾਕਫ ਸੀ ਉੱਥੇ ਚਲਾ ਗਿਆ ਬਸ। ਇਸ ਰੱਖਣਾ, ਆਪਾਂ ਇਸ ਵੇਲੇ ਕੰਗਣਪੁਰ ਬੈਠੇ ਹਾਂ, ਹਾਂਜੀ, ਇਹ ਕੰਗਣਪੁਰ ਦਾ ਕਿਹੜਾ ਇਲਾਕਾ ਜਿੱਥੇ ਅੱਜ ਕੱਲ੍ਹ ਤੁਸੀਂ ਬੈਠੇ ਹੋ? ਅਸੀਂ ਜੀ ਇੱਥੇ ਮੰਡੀ 'ਚ ਬੈਠੇ ਹਾਂ। ਮੰਡੀ? ਹਾਂਜੀ, ਆ ਮੰਡੀ ਕੰਗਣਪੁਰ ਜਿੱਥੇ ਆਪਾਂ ਬੈਠੇ ਹਾਂ। ਮੰਡੀ ਕੰਗਣਪੁਰ, ਇਹ ਇੱਥੋਂ ਦੀ ਰਹਿਣ ਵਾਲੇ ਹੋ ਤੁਸੀਂ? ਹਾਂਜੀ, ਠੀਕ। ਇੱਥੋਂ ਇੱਥੇ ਰਹੇ ਹਾਂ, ਇੱਥੋਂ ਫਿਰ ਜ਼ਮੀਨ ਹੈ ਸੀ ਥੋੜ੍ਹੀ ਘਣੀ, ਹਾਂ, ਉਹ ਕੁਝ ਨਾਲ ਜਾ ਲਾੜ ਕਰਾਈ ਵੀ ਉੱਧਰ ਬਰਾਦਰੀ ਹੈ, ਹਾਂ, ਉਹ ਛਾਉਣੀ 'ਚ ਆ ਗਏ, ਹਾਂ, ਅਤੇ ਫਿਰ ਮੁੜ ਕੇ ਇੱਥੇ ਆ ਗਏ। ਠੀਕ ਹੈ। ਇਹ ਘੋੜੇਵਾਂ ਰਾਜਪੂਤ ਜਿਹੜੇ ਨਵਾਂਸ਼ਹਿਰ ਦੇ ਇਲਾਕੇ ਦੇ ਆਸ ਪਾਸ ਦੇ, ਹਾਂਜੀ, ਇਹ ਹੁਣ ਘਣੇ ਵਾਲੇ ਗੁਜਰਾਂ ਵਾਲੇ ਦੇ ਕੋਲ ਬੈਠੇ? ਗੁਜਰਾਂ ਬੈਠੇ, ਗੁਜਰਾਂ ਵਾਲੇ ਬੈਠੇ, ਫੈਸਲਾਬਾਦ ਬੈਠੇ, ਫੈਸਲਾਬਾਦ ਵੀ, ਫੈਸਲਾਬਾਦ ਸਮੁੰਦਰੀ ਕੋਲ ਤਾਂ ਨਹੀਂ ਬੈਠੇ? ਭਲਾ ਸਮੁੰਦਰੀ ਕੋਲ ਵੀ ਹੈਗੇ ਨੇ, ਸ਼ਹਿਰ 'ਚ ਵੀ ਹੈਗੇ ਨੇ, ਪਰ ਪਿੰਡ ਤਾਂਦਰਾ ਹੈਗਾ, ਉੱਥੇ ਵੀ ਹੈਗੇ ਨੇ। ਅੱਛਾ ਅੱਛਾ ਅੱਛਾ। ਇਹ ਬੈਠੇ, ਬਾਕੀ ਜਿਹੜੀਆਂ ਪਿਛਲੀਆਂ ਬਰਾਦਰੀਆਂ ਸਾਨੂੰ ਖਤਮ ਹੋ ਗਈਆਂ, ਉਹ ਪਿਛਲੇ ਮਰ ਗਿਆ, ਜਿੱਥੇ ਕਿਸੇ ਨੂੰ ਸਿੰਘ ਸਮਾਏ ਉਹਨੇ ਉੱਥੇ ਰਿਸ਼ਤੇਦਾਰੀ ਕਰ ਲਈ, ਜਿੱਥੇ ਰਿਸ਼ਤੇਦਾਰੀ ਕਰ ਲਈ ਉਹ ਬਰਾਦਰੀ ਬਣ ਗਈ। ਰਿਸ਼ਤੇਦਾਰੀਆਂ ਬਾਬਾ ਜੀ ਤੁਸੀਂ ਘੋੜੇਵਾਂ ਰਾਜਪੂਤਾਂ 'ਚ ਹੀ ਕਰਦੇ ਹੋ ਜਾਂ ਬਾਹਰ ਵੀ ਕਰ ਲੈਂਦੇ ਹੋ? ਜੀ, ਅੱਗੇ ਤਾਂ ਬੜੀ ਪੁੱਛਦਾਸ ਕਰਦੇ ਸੀ, ਬਾਕੀ ਹੁਣ ਜਿਵੇਂ ਕਿਸੇ ਦਾ ਸੂਤਰ ਲੱਗਦਾ ਲਾ ਲੈਂਦਾ। ਸਹੀ, ਉਹ ਗੱਲਾਂ ਕੋਈ ਨਹੀਂ ਰਹਿ ਗਈਆਂ।
ਠੀਕ ਹੈ ਬਾਬਾ ਜੀ, ਕਦੇ ਸੋਚ ਆਈ ਕਿ ਆਪਣਾ ਪਿਛਲਾ ਪਿੰਡ ਜਾ ਕੇ ਵੇਖਿਆ ਜਾਏ? ਸੋਚ ਬੜੀ ਆਉਂਦੀ ਹੈ ਜੀ, ਪਿਛਲਾ ਪਿੰਡ ਬੜਾ ਪਿਆਰਾ ਹੁੰਦਾ। ਹਾਂ ਹਾਂ, ਮਤਲਬ ਕਿ ਹੁਣ 70 ਸਾਲ ਅਸੀਂ ਹੋ ਚੱਲੇ ਨੇ, ਸਾਨੂੰ ਪਤਾ ਪਿਆ ਗਲੀ ਇੱਧਰ ਨੂੰ ਜਾਂਦੀ ਸੀ, ਖੇਡਦੇ ਖੂਰਦੇ ਸਾਂ, ਇਹ ਗਲੀ ਇੱਧਰ ਨੂੰ ਜਾਂਦੀ ਜਿਵੇਂ ਯਾਦ ਹੈ। ਚਲੋ, ਤੁਸੀਂ ਤਾਂ ਹਲੇ ਛੋਟੀ ਉਮਰ ਦੇ ਸੀ, ਜਿਹੜੇ ਤੁਹਾਡੇ ਮਾਂ ਬਾਪ ਸੀ ਜੀ, ਉਹ ਕੀ ਗੱਲਾਂ ਕਰਦੇ ਹੁੰਦੇ ਸੀ? ਪਿੰਡ ਨੂੰ ਯਾਦ ਤਾਂ ਕਰਦੇ ਹੋਣਗੇ ਉਹ? ਹਾਂਜੀ, ਯਾਦ ਕਰਦੇ। ਉਹ ਮਰ ਗਏ ਨੇ, ਦੂਜੇ ਕੁ ਸਾਲ ਹੈ, ਸਾਲ ਕੀ ਜਿਉਂਦੇ ਰਹੇ, ਸਾਲ ਕੀ ਜਿਉਂਦੇ ਰਹੇ ਬਸ। ਅੱਛਾ, ਉਦੋਂ ਤੁਸੀਂ ਫੌਤ ਹੋ ਗਏ, ਤੁਹਾਡੀ ਤੁਸੀਂ ਛੋਟੀ ਉਮਰ 'ਚ ਯਤੀਮ ਹੋ ਗਏ? ਹਾਂਜੀ। ਕੀ ਗੱਲ ਕਰਦੇ ਸੀ ਆਪਣੇ ਪਿੰਡ ਨੂੰ ਯਾਦ ਕਰਕੇ, ਕੀ ਕਹਿੰਦੇ ਹੁੰਦੇ ਸੀ? ਪਿੰਡ ਇਹੋ ਕਰਦੇ ਸਨ ਵੀ ਸਾਡੀ ਇੱਧਰ ਜ਼ਮੀਨ ਹੁੰਦੀ ਸੀ, ਇੱਥੇ ਅਸੀਂ ਪੈਂਦੇ ਸਾਂ, ਇੱਥੇ ਖਲੋਂਦੇ ਸਾਂ, ਬੜਾ ਚੰਗਾ ਪਿੰਡ ਸੀ, ਬੜਾ ਵਕਤ ਬਸ ਅੱਛਾ ਸੀ, ਇਹੋ ਜਿਹੇ ਕਰਦੇ ਹੁੰਦੇ ਸਨ। ਚਲੋ ਬਾਬਾ ਜੀ, ਅੱਲਾ ਤੁਹਾਡੀ ਲੰਮੀ ਹਯਾਤੀ ਕਰੇ, ਮਿਹਰਬਾਨੀ। ਜਵਾਨੀਆਂ ਇੱਕ ਤੋਂ ਅਸੀਂ ਤਾਂ ਫਿਰ ਦੁਆ ਇਹ ਦਿੰਦੇ ਹਾਂ ਕਿ ਫਿਰ ਤੋਂ ਜਵਾਨੀਆਂ ਮਾਣੋ। ਅੱਲਾ ਮਾਣੇ, ਠੀਕ ਹੈ। ਅੱਲਾ ਪਾਕਿਸਤਾਨ ਤੰਦਰੁਸਤ। ਬੜੀ ਮਿਹਰਬਾਨੀ, ਤੁਸੀਂ ਆਪਣੇ ਦੁੱਖ, ਆਪਣੀ ਉਹ ਦੁੱਖ ਭਰੀ ਕਹਾਣੀ ਸਾਨੂੰ ਸੁਣਾਈ, ਔਰ ਮੈਂ ਇਹ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਸਾਡੇ ਬਜ਼ੁਰਗ ਨੇ ਨਾ, ਉਹਨਾਂ ਦੀ ਕਹਾਣੀਆਂ ਇਸੇ ਤਰ੍ਹਾਂ ਸਾਹਮਣੇ ਪਾ ਕੇ ਉਹਨਾਂ ਦੇ ਉਹ ਦੁੱਖ, ਉਹਨਾਂ ਦੀਆਂ ਉਹ ਕਹਾਣੀਆਂ ਦੁਬਾਰਾ ਤੋਂ ਸੁਣੀਆਂ ਜਾਣ, ਕਿਉਂਕਿ ਸਾਡੀ ਜਿਹੜੀ ਅੱਜ ਕੱਲ੍ਹ ਦੀ ਨਸਲ ਹੈ ਨਾ, ਇਹ ਕੰਪਿਊਟਰ ਦੇਖਦੀ ਹੈ, ਬਿਲਕੁਲ ਕੰਪਿਊਟਰ, ਇੰਟਰਨੈਟ 'ਤੇ, ਅਤੇ ਮੈਂ ਤੁਹਾਡੀਆਂ ਕਹਾਣੀਆਂ ਰਿਕਾਰਡ ਕਰਕੇ ਉਹਨੂੰ ਇੰਟਰਨੈਟ 'ਤੇ ਪਾਉਂਦਾ, ਤਾਂ ਕਿ ਸਾਡੀ ਅੱਜ ਦੀ ਨਸਲ ਸੁਣੇ ਕਿ ਇਹ ਜਿਹੜੇ ਬਜ਼ੁਰਗ ਆਏ ਸੀ, ਇਹ ਐਡੇ ਸੌਖੇ ਨਹੀਂ ਅਪੜੇ ਸੀ, ਇਹਨਾਂ 'ਤੇ ਪੂਰੀ ਕਿਆਮਤ ਸੀ ਜਿਹੜੀ ਗੁਜ਼ਰੀ ਹੈ। ਬਿਲਕੁਲ ਸਹੀ। ਚਲੋ, ਜਿਉਂਦੇ ਵਸਦੇ ਰਹੋ ਜੀ।